मैं प्रकाश ममेरा डिस्ट्रिक्ट किसान यूनियन प्रेसिडेंट किसान यूनियन का प्रधान हूँ। प्रकाश ममेरा मेरा नाम है। साथियों, कल हमने ओटू पर रोड जाम किया था। ओटू हेड पर पानी की स्थिति आज 7000 क्यूसेक पानी है। 7000 क्यूसेक पानी में से 2000 क्यूसेक पानी एक एनजीसी में छोड़ा जा रहा है। एसजीसी बंद है। चेरावाड़ी पैरनल एक महीने से बंद है। पानी सरप्लस होकर के नीचे ओटू से नीचे बह करके पाकिस्तान में चला जा रहा है। पाकिस्तान की सरकार को यहाँ की सरकार मुआवजा देती है, लेकिन यहाँ के किसानों को खेतों में लगाने के लिए पानी नहीं दिया जा रहा। इसलिए कल हमने जो है ओटू हेड की सारी सड़क को रोका। इन्होंने उस चैनल को छोड़ दिया और फिर रात को इन्होंने फिर बंद कर दिया। क्या हम इस प्रकार से धरना देते रहेंगे? रात को नहर बंद होगी, सुबह छोड़ी जाएगी। पानी सरप्लस हो रहा है, पानी सरप्लस होकर के पाकिस्तान में जा रहा है। यहाँ तीन नहरें हैं, तीनों नहरें बंद पड़ी हैं। हम अधिकारियों से बहुत बार बात हुई है, बहुत बार हमारी बात हुई है। एससी साहब पता नहीं हमारे साथ क्यों चिड़े हुए हैं, क्यों किसानों से नाराज हैं। यही हुक्म देते हैं, यही हुक्म देते हैं कि अब शेड को डाउन कर दो, अब उठा दो। एक मिनट में पानी छोड़ दिया जाता है, उस एक मिनट के बाद में पानी बंद कर दिया जाता है। हम एक महीने से इनके दफ्तरों के चक्कर काट रहे हैं। अधिकारियों ने हमारी बात को नहीं सुना। आज हमने मजबूरन यहाँ आकर के इनका गेट रोका है। हो सका तो हम इसको ताला भी लगाएंगे। अज जिहड़ा इह साडे किसान साथी असी कल भी जिवें प्रकाश ममेरा जी ने साडे ਕਿਸ ਉਪਰੇ ਤੋਂ ਸਾਰੇ ਸਾਥੀ ਜਿੰਨੇ ਪਿੰਡਾਂ ਦੇ ਭੋੜਕਾ ਦੇ ਸਾਰੇ ਸਾਥੀ ਕੱਲ੍ਹ ਵੀ ਅਸੀਂ ਉੱਥੇ ਬੈਠੇ ਸੀ ਅਤੇ ਜਦੋਂ 4 ਘੰਟੇ ਅਸੀਂ ਧੁੱਪ ਦੇ ਵਿੱਚ 1 ਵਜੇ ਤੋਂ ਲੈ ਕੇ 4:30 ਵਜੇ ਤੱਕ ਬੈਠੇ ਰਹੇ ਉਦੋਂ ਆਸ਼ਵਾਸਨ ਦਿੱਤਾ ਕਿ ਨਹਿਰ ਖੋਲ੍ਹਤੀ। ਨਹਿਰ ਖੋਲ੍ਹਣ ਤੋਂ ਬਾਅਦ ਸਾਡੇ ਸਾਥੀਆਂ ਨੇ ਕਿਹਾ ਵੀ ਤੁਸੀਂ ਅਸੀਂ ਜਾਵਾਂਗੇ ਫਿਰ ਬੰਦ ਕਰ ਦਿਓਗੇ। ਉਹੀ ਗੱਲ ਕੀਤੀ ਜਦੋਂ ਅਸੀਂ ਗਏ ਰਾਤ ਨੂੰ ਫਿਰ ਬੰਦ ਕਰਤੀ। ਇਹ ਜਿਹੜੀ ਅੱਖ ਮਚੋਲੀ ਦਾ ਖੇਲ ਖੇਡ ਰਿਹਾ ਜਿਹੜਾ ਆਤਮਾ ਰਾਮ ਬਾਂਬੂ ਐਸੀ ਆ ਇਹ ਜਦੋਂ ਸ਼ੇਰਾਵਾਲੀ ਪੈਰਲਰ ਮਾਈਨਰ ਜਿਹੜਾ ਟਾਈਲਾਂ 'ਤੇ ਪਾਣੀ ਨਹੀਂ ਪਹੁੰਚਦਾ ਉੱਥੇ ਲੰਬਾ ਟਾਈਮ ਤਾਂ ਵੀ ਪੱਤਰਕਾਰ ਸਾਥੀਆਂ ਨੂੰ ਪਤਾ ਤੁਸੀਂ ਵੀ ਕਵਰ ਕੀਤੀ ਲੰਬਾ ਟਾਈਮ ਉੱਥੇ ਟਾਈਲਾਂ 'ਤੇ ਧਰਨਾ ਲੱਗਾ ਰਿਹਾ। ਜਦੋਂ ਇਹ ਉੱਫਰ ਗਿਆ ਉਸ ਜਗ੍ਹਾ 'ਤੇ ਗਏ ਜਿਹੜਾ ਪੀਣ ਵਾਲਾ ਪਾਣੀ ਆ ਉਹ ਇੰਨੀ ਬਦਬੂਦਾਰ ਇੰਨੀ ਗੰਦੀ ਹਾਲਾਤ ਸੀ ਅਤੇ ਉਹਨਾਂ ਨੇ ਜਦੋਂ ਆਇਆ ਵੀ ਅਸੀਂ ਸਾਹਿਬ ਲਓ ਪਾਣੀ ਪੀ ਲਓ ਇਹਨਾਂ ਨੇ ਗਲਾਸ ਪਾਣੀ ਦਾ ਭਰ ਕੇ ਦਿੱਤਾ। ਉਹ ਪਾਣੀ ਕੀ ਹੈ ਕੋਈ ਸਾਡਾ ਜਾਨਵਰ ਵੀ ਨਹੀਂ ਪੀ ਸਕਦਾ ਇੰਨੀ ਜ਼ਿਆਦਾ ਬਦਬੂ ਵਾਲਾ ਪਾਣੀ ਸੀ। ਉਸ ਦੌਰਾਨ ਇਹ ਚੜ੍ਹ ਗਿਆ ਉਦੋਂ ਦਾ ਚਿੜਿਆ ਹੋਇਆ ਹੈ ਬਾਂਬੂ ਇਹ ਕਹਿੰਦਾ ਵੀ ਤੁਸੀਂ ਮੇਰੀ ਬੇਇੱਜ਼ਤੀ ਕੀਤੀ ਹੈ। ਲੇਕਿਨ ਅਸੀਂ ਅੰਨਦਾਤਾ ਹੈ, ਅਸੀਂ ਕਿਸਾਨ ਹੈ, ਮਜ਼ਦੂਰ ਹੈ ਜਿਹੜਾ ਅਗਰ ਆਮ ਆਦਮੀ ਉੱਥੇ ਪਾਣੀ ਪੀ ਸਕਦਾ ਹੈ ਤਾਂ ਇਹ ਏਸੀ ਦਫ਼ਤਰ 'ਚ ਬੈਠਣ ਵਾਲਾ ਇੱਥੇ ਜੋ ਨਹਿਰਾਂ ਨੂੰ ਛੱਡਣ ਵਾਲਾ ਕਦੀ ਬੰਦ ਕਰਨ ਵਾਲਾ ਖੋਲ੍ਹਣ ਵਾਲਾ ਕਿਉਂ ਨਹੀਂ ਪੀ ਸਕਦਾ ਸੀ? ਅਗਰ ਅਸੀਂ ਪੀਂਦੇ ਹਾਂ ਤਾਂ ਇਹਨੂੰ ਪੀਣਾ ਚਾਹੀਦਾ ਸੀ। ਉਸ 'ਤੇ ਕਹਿ ਗਿਆ ਉਦੋਂ ਕਹਿ ਕੇ ਆਇਆ ਵੀ ਤੁਸੀਂ ਪਾਣੀ ਨੂੰ ਤਰਸੋਗੇ ਅਤੇ ਅੱਜ ਉਹ ਗੱਲ ਇੱਕ ਕਰਮਚਾਰੀ ਹੈ ਜੋ ਉਹਦੇ ਵਾਸਤੇ ਸਾਰੇ ਬਰਾਬਰ ਹੁੰਦੇ ਆ। ਉਹਦੇ ਵਾਸਤੇ ਅਗਰ ਕੋਈ ਨੌਕਰੀ 'ਤੇ ਅੱਛੇ ਅਹੁਦੇ 'ਤੇ ਆ ਗਿਆ ਤਾਂ ਉਹਨੂੰ ਜਨਤਾ ਦੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਲੇਕਿਨ ਇਹ ਬਾਂਬੂ ਬਹੁਤ ਵੱਡਾ ਵਿਤਕਰਾ ਕਰ ਰਿਹਾ। ਬਾਰ ਬਾਰ ਉਸ ਮਾਈਨਰ ਨੂੰ ਜੋ ਸ਼ੇਰਾਵਾਲੀ ਪੈਰਲਰ ਮਾਈਨਰ ਹੈ ਉਹਨੂੰ ਬੰਦ ਕਰਕੇ ਯਾਤਨਾਵਾਂ ਦੇ ਰਿਹਾ। ਅੱਜ ਤੁਸੀਂ ਦੇਖੋ ਵੀ ਇਹ 5 ਘੰਟੇ ਲਈ ਜਾਂ 10 ਘੰਟੇ ਲਈ ਛੱਡ ਲਈ, ਜਿਹੜੀਆਂ ਵਾਰੀਆਂ ਹੁੰਦੀਆਂ ਸਾਡੀਆਂ ਉਹ ਹਫ਼ਤੇ ਬਾਅਦ ਆਉਂਦੀਆਂ। ਉਹ ਕਿਹਨੂੰ ਵਾਰੀ ਲੱਗੂਗੀ, ਕਿਹਨੂੰ ਨਾ ਲੱਗੂਗੀ, ਕਿਹਨੂੰ ਪਾਣੀ ਲੱਗੂਗਾ, ਕਿਹਨੂੰ ਨਹੀਂ ਲੱਗੂਗਾ, ਬਹੁਤ ਵੱਡਾ ਇਸ਼ੂ ਹੈ। ਅਤੇ ਇਹ ਜਿਹੜਾ ਹੈ ਜਾਣ ਬੁੱਝ ਕੇ ਤੰਗ ਕੀਤਾ ਜਾ ਰਿਹਾ। ਅਤੇ ਅਸੀਂ ਇਹ ਸਰਕਾਰ ਨੂੰ ਚਿਤਾਉਣਾ ਚਾਹੁੰਦੇ ਹਾਂ ਵੀ ਹੁਣ ਤਾਂ ਉਪਚੁਣਾਵ ਹੈ ਇਲਾਮਾਬਾਦ ਦੇ ਵਿੱਚ, ਇਹ ਤੁਹਾਨੂੰ ਨਾਨੀ ਯਾਦ ਕਰਾ ਦਾਂਗੇ। ਅਸੀਂ ਇਹ ਕਿਸਾਨ ਹੈ, ਕਿਸਾਨ ਨਾਲ ਪੰਗਾ ਨਾ ਲਓ ਤੁਸੀਂ। ਇਹ ਕਿਸਾਨ ਨੂੰ ਚੁੱਪ ਰਹਿਣ ਦਿਓ, ਸ਼ਾਂਤ ਰਹਿਣ ਦਿਓ, ਸਾਡੇ ਹੱਥ ਦਾਤਰੀ 'ਤੇ ਕਹੀ ਹੈ ਉਹ ਹੀ ਰਹਿਣ ਦਿਓ, ਸਾਡੇ ਹੱਥ ਨਾ ਚੁਕਾਓ। ਬਹੁਤ ਜ਼ਿਆਦਾ ਤੰਗ ਹੈ, ਕਿੱਥੇ ਕਿੱਥੇ ਧਰਨਾ ਲਗਾਵਾਂਗੇ? ਜਦੋਂ ਕੱਲ੍ਹ ਆਸ਼ਵਾਸਨ ਮਿਲ ਗਿਆ, DSP ਜਗਤ ਆ ਗਿਆ, ਕਹਿੰਦਾ ਜੀ ਪੱਕਾ ਵਾਅਦਾ ਜੀ ਕਰ ਦਾਂਗੇ। ਇਹ ਉੱਥੇ ਜਿਹੜਾ ਰੰਗੋਈ ਜਾਂਦੀ ਉਹਦੇ ਵਿੱਚੋਂ ਪਾਣੀ ਮੋਟਰਾਂ ਲੱਗਣੀਆਂ। ਪਹਿਲਾਂ ਵੀ ਸਾਥੀ ਕਹਿੰਦੇ 2016 'ਚ ਦਿੱਕਤ ਆਈ ਸੀ, ਉਦੋਂ 200 ਦਾ ਟਰਾਂਸਫਾਰਮ ਰੱਖ ਕੇ ਵੱਡੀਆਂ ਮੋਟਰਾਂ ਰੱਖ ਕੇ 4 ਘੰਟਿਆਂ 'ਚ ਇਹਨਾਂ ਨੇ ਉਹ ਹੱਲ ਕਰਤਾ ਇਹ ਸਮੱਸਿਆ। ਲੇਕਿਨ ਇਹ ਜਾਣ ਬੁੱਝ ਕੇ ਜੇ ਵੀ ਕਿਸਾਨ ਜਿਹੜੇ ਹੈ ਇਹ ਉਲਝੇ ਰਹਿਣ, ਕਿਸਾਨ ਆਪਣਾ ਹੱਕ ਮੰਗ ਰਿਹਾ ਇਹਨਾਂ ਨੂੰ ਵੰਡਣ ਵਾਸਤੇ, ਸਾਡਾ ਜਿਹੜਾ ਵੱਡਾ ਅੰਦੋਲਨ ਚੱਲ ਰਿਹਾ ਉਹਨੂੰ ਤਾਰ ਪਿੱਟੋ ਕਰਨ ਵਾਸਤੇ, ਉਹਨੂੰ ਹਰਿਆਣੇ 'ਚ ਉਲਝਾਉਣ ਵਾਸਤੇ ਇਹ ਕੰਮ ਹੋ ਰਿਹਾ। ਲੇਕਿਨ ਅਸੀਂ ਇੰਨੀ ਸੰਖਿਆ ਦੇ ਵਿੱਚ ਹਾਂ, ਅਸੀਂ ਇੱਥੇ ਵੀ ਲੜਾਂਗੇ, ਉੱਥੇ ਵੀ ਲੜਾਂਗੇ, ਸਾਡੀ ਲੜਾਈ ਜਾਰੀ ਰਹੂਗੀ। ਇਹ ਅੱਜ ਅਸੀਂ ਜਿਵੇਂ ਮਮੇਰਾ ਜੀ ਨੇ ਕਿਹਾ, ਅੱਜ ਅਸੀਂ ਇੱਕ ਦਰਵਾਜ਼ਾ ਘੇਰਿਆ, ਅਸੀਂ ਤਾਲਾ ਵੀ ਲਾਉਣਾ ਜਾਣਦੇ ਹਾਂ, ਇਹਨਾਂ ਦੇ ਸਾਹ ਬੰਦ ਕਰਨਾ ਵੀ ਜਾਣਦੇ ਹਾਂ, ਪਾਣੀ ਇਹਨਾਂ ਦਾ ਵੀ ਬੰਦ ਕਰ ਦਾਂਗੇ, ਇਹਨਾਂ ਨੂੰ ਪਾਣੀ ਪੀਣ ਤੋਂ ਮੁਤਾਜ ਕਰ ਦਾਂਗੇ। ਸਾਨੂੰ ਅਗਰ ਅੱਜ ਸਾਡੀ ਪੱਕੀ ਹੋਈ ਫਸਲ ਹੈ, ਲਾਸਟ ਪਾਣੀ ਲੱਗਣਾ ਹੈ, ਅਤੇ ਉਸ ਫਸਲ ਨੂੰ ਪਹਿਲਾਂ ਸਮੇਂ ਦੀ ਮਾਰ, ਫਿਰ ਸੁੰਡੀ ਦੀ ਮਾਰ, ਹੁਣੇ ਪਾਣੀ ਦੀ ਮਾਰ ਮਾਰ ਰਹੇ, ਤਾਂ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਜਦੋਂ ਤੱਕ ਆ ਕੇ ਲਿਖਤ ਦੇ ਵਿੱਚ ਆਸ਼ਵਾਸਨ ਨਹੀਂ ਦਿੰਦਾ, ਕਿਉਂਕਿ ਬਹੁਤ ਗੋਲੀਆਂ ਦੇ ਲਈਆਂ, ਮਿੱਠੀ ਗੋਲੀ ਦਿੰਦੇ, ਜਿਵੇਂ ਸਾਰੇ ਸਾਥੀ ਆਉਂਦੇ ਆ, ਹਾਂਜੀ ਛੱਡ ਦਾਂਗੇ ਜੀ, ਇਹ ਜਾਂਦੇ ਆ ਛੱਡਦੇ ਆ, ਉਦੋਂ ਬਾਅਦ ਫਿਰ ਛੱਡ ਦਿੰਦੇ ਆ। ਇਹ ਵਾਰ ਵਾਰ ਇਹ ਕਿਸਾਨ ਵੀ ਇੰਨਾ ਵਿਹਲਾ ਨਹੀਂ, ਅੱਜ ਬਹੁਤ ਕੰਮ ਆ,
ਤੁਸੀਂ ਸਾਰੇ ਵੀ ਕਿਸਾਨ ਪਰਿਵਾਰਾਂ ਨਾਲ ਜੁੜੇ ਹੋਏ ਹੋ ਵੀ ਅੱਜ ਨਰਮੇ ਦੀ ਚੁਗਾਈ, ਧਾਨ ਨੂੰ ਸੰਭਾਲਣਾ, ਗਵਾਰਾ, ਮੂੰਗ, ਮੋਠ, ਮੂੰਗਫਲੀ, ਹਰ ਚੀਜ਼ ਫਸਲ ਦਾ ਟਾਈਮ ਹੈ, ਪੂਰਾ ਪੀਕ ਟਾਈਮ ਹੈ। ਅਤੇ ਅੱਜ ਵੀ ਅਸੀਂ ਇੱਥੇ ਆ ਕੇ ਅਗਰ ਧਰਨੇ 'ਤੇ ਬੈਠੇ ਹਾਂ ਆਪਣਾ ਖੇਤਾਂ ਦਾ ਕੰਮ ਛੱਡ ਕੇ, ਤਾਂ ਉਹ ਸਰਕਾਰ ਵਾਸਤੇ ਅੱਛੀ ਗੱਲ ਨਹੀਂ ਹੈ। ਇਹ ਆਪਣੀ ਨੀਅਤ ਨੂੰ ਅਗਰ ਐਸੀ ਬਾਂਬੂ ਇਕੱਲਾ ਬਾਂਬੂ ਐਸੀ ਨੀਅਤ ਆਪਣੀ ਸਾਫ਼ ਕਰ ਲਏ ਤਾਂ ਸਾਡਾ ਕੋਈ ਮੁੱਦਾ ਨਹੀਂ ਹੈ। ਸਾਡਾ 2 ਘੰਟਿਆਂ 'ਚ ਹੱਲ ਹੋਣ ਵਾਲਾ ਸਮੱਸਿਆ ਹੈ। 2 ਘੰਟਿਆਂ 'ਚ ਉੱਥੇ ਟਰਾਂਸਫਾਰਮ ਰੱਖ ਕੇ, ਮੋਟਰਾਂ ਲਗਾ ਕੇ, ਪਾਣੀ ਮਾਈਨਰ ਦਾ ਜਿਹੜਾ ਹੈ ਰੰਗੋਈ ਦਾ ਉਹਨੂੰ ਸੈੱਟ ਕਰਕੇ ਸਾਡੀ ਨਹਿਰ ਚੱਲਦੀ ਰਹਿ ਸਕਦੀ। ਮੁਰਦਾਬਾਦ।